ਤਬਾਹੀ ਦੀਆਂ ਤਸਵੀਰਾਂ ਦੁਬਈ ਦੀਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਹੜ੍ਹ ਆ ਗਿਆ ਹੈ। ਸੜਕਾਂ, ਸਟੇਸ਼ਨ, ਏਅਰਪੋਰਟ ਸਭ ਕੁਝ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਭਾਰੀ ਮੀਂਹ ਪੈ ਰਿਹਾ ਹੈ। ਤੂਫਾਨ ਹੈ ਜਿਸ ਕਰਕੇ ਸੜਕਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੜ ਚੁੱਕਿਆ ਹੈ। ਦੱਸ ਦਈਏ 75 ਸਾਲਾਂ ਬਾਅਦ ਇੱਥੇ ਮੀਂਹ ਪਿਆ ਹੈ ਅਤੇ ਮੀਂਹ ਵੀ ਇਸ ਕਦਰ ਪਿਆ ਹੈ ਕਿ ਹੜ੍ਹ ਆ ਚੁੱਕਿਆ ਹੈ। ਪਾਣੀ ਹਰ ਥਾਂ 'ਤੇ ਨਜ਼ਰ ਆ ਰਿਹਾ ਦੁਬਈ ਦੇ ਵਿੱਚ। ਸਿਰਫ ਦੁਬਈ ਨਹੀਂ, ਦੁਬਈ ਦੇ ਨਾਲ ਲੱਗਦੇ ਕਈ ਦੇਸ਼ਾਂ ਦੇ ਵਿੱਚ ਇਸੇ ਤਰ੍ਹਾਂ ਤਬਾਹੀ ਵਾਲੇ ਹਾਲਾਤ ਨੇ। ਕਤਰ, ਓਮਾਨ ਦੇ ਵਿੱਚ ਵੀ ਤਸਵੀਰਾਂ ਅਜਿਹੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਭਾਰੀ ਤਬਾਹੀ ਮਚੀ ਹੋਈ ਹੈ। ਦੱਸ ਦਈਏ ਕਿ ਆਬੂ ਧਾਬੀ, ਦੁਬਈ ਅਤੇ ਆਲਾਇਨ ਵਰਗੇ ਸ਼ਹਿਰਾਂ ਦੇ ਵਿੱਚ ਵੀ ਭਾਰੀ ਮੀਂਹ ਤੋਂ ਬਾਅਦ ਹੜ੍ਹ ਆ ਚੁੱਕਿਆ ਹੈ। ਇੱਥੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੜ ਚੁੱਕਿਆ ਹੈ। ਲੋਕਾਂ ਦਾ ਬਾਹਰ ਨਿਕਲਣਾ ਮੁਹਾਲ ਹੋ ਗਿਆ ਹੈ। ਲੋਕ ਘਰਾਂ 'ਚ ਕੈਦ ਹੋ ਗਏ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਵਿੱਚ ਇਹ ਤਬਾਹੀ ਸਾਫ਼ ਨਜ਼ਰ ਆ ਰਹੀ ਹੈ। ਮੰਜ਼ਰ ਦੇਖੋ ਕਿ ਕਿਸ ਕਦਰ ਸੜਕਾਂ ਦਾ, ਮੈਟਰੋ ਸਟੇਸ਼ਨਾਂ ਦਾ, ਏਅਰਪੋਰਟ ਦੇ ਰਨਵੇ ਦਾ ਕੀ ਹਾਲ ਹੋ ਚੁੱਕਿਆ ਹੈ। ਦੱਸ ਦਈਏ ਕਿ ਮੈਟਰੋ ਸਟੇਸ਼ਨ ਜਿਹੜੇ ਨੇ ਉੱਥੇ ਵੀ ਗੋਡੇ ਗੋਡੇ ਪਾਣੀ ਭਰ ਚੁੱਕਿਆ ਹੈ। ਏਅਰਪੋਰਟ ਦੀ ਗੱਲ ਕਰੀਏ ਤਾਂ ਰਨਵੇ 'ਤੇ ਵੀ ਪੂਰਾ ਨਹਿਰ ਵਾਂਗੂ ਪਾਣੀ ਫੈਲ ਗਿਆ ਹੈ। ਕਿਸੇ ਤਰ੍ਹਾਂ ਦੀ ਕੋਈ ਵੀ ਆਵਾਜਾਈ ਬਹਾਲ ਨਹੀਂ ਹੈ। ਸੜਕੀ ਆਵਾਜਾਈ ਹੋਵੇ, ਰੇਲ ਆਵਾਜਾਈ ਹੋਵੇ, ਹਵਾਈ ਆਵਾਜਾਈ ਸਾਰੀਆਂ ਮੁਕੰਮਲ ਤੌਰ 'ਤੇ ਠੱਪ ਹੋ ਚੁੱਕੀਆਂ ਨੇ। ਲੋਕ ਘਰਾਂ ਦੇ ਅੰਦਰ ਕੈਦ ਹੋ ਗਏ ਨੇ। ਸੋ ਦੱਸ ਦਈਏ ਕਿ UAE ਦੇ ਗੁਆਂਢੀ ਓਮਾਨ ਦੇ ਵਿੱਚ ਵੀ ਭਾਰੀ ਮੀਂਹ ਦੇ ਕਾਰਨ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ। ਇੱਥੇ ਤਾਂ ਹੜ੍ਹ ਕਾਰਨ 18 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਕਈ ਲੋਕ ਲਾਪਤਾ ਦੱਸੇ ਜਾ ਰਹੇ ਨੇ। ਸੋਮਵਾਰ ਅਤੇ ਮੰਗਲਵਾਰ ਤੋਂ ਹੀ ਤੇਜ਼ ਹਵਾਵਾਂ, ਤੂਫਾਨ, ਬਰਸਾਤ ਹੋ ਰਹੀ ਹੈ ਜਿਸ ਕਰਕੇ ਸਾਰੀ ਆਵਾਜਾਈ ਠੱਪ ਹੋ ਚੁੱਕੀ ਹੈ। ਸੜਕਾਂ 'ਤੇ ਵੀ ਦੇਖ ਸਕਦੇ ਹੋ ਕਿਸ ਕਦਰ ਪਾਣੀ ਭਰਿਆ ਹੋਇਆ ਹੈ। ਬੱਸਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਨੇ। ਰੇਲਵੇ ਟਰੈਕ ਪਾਣੀ ਦੇ ਵਿੱਚ ਡੁੱਬੇ ਹੋਏ ਨੇ। ਅਸਮਾਨ ਜਿਹੜਾ ਆ ਬਿਲਕੁਲ ਸਾਫ਼ ਨਹੀਂ ਹੈ। ਹਾਲਾਤ ਇਸ ਕਦਰ ਨੇ ਕਿ ਹਵਾਈ ਸੇਵਾਵਾਂ ਵੀ ਬੰਦ ਹੋ ਚੁੱਕੀਆਂ ਨੇ ਅਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਹਿਦਾਇਤ ਕੀਤੀ ਗਈ ਹੈ ਕਿ ਲੋਕ ਬਾਹਰ ਨਾ ਨਿਕਲਣ। ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਇੱਥੇ ਮੌਸਮ ਵਿਭਾਗ ਦੇ ਵੱਲੋਂ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਕਈ ਸ਼ਹਿਰਾਂ ਦੇ ਵਿੱਚ, ਅਤੇ ਲੋਕਾਂ ਨੂੰ ਘਰਾਂ ਤੋਂ ਬਿਲਕੁਲ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਗਿਆ ਹੈ। ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ। ਐਡਵਾਈਸਰੀ ਜਾਰੀ ਕੀਤੀ ਗਈ ਹੈ ਲੋਕਾਂ ਦੀ ਸੇਫਟੀ ਦੇ ਲਈ ਜਿਨ੍ਹਾਂ ਦਾ ਪਾਲਣ ਕਰਨਾ ਹੋਏਗਾ। ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਦੁਬਈ ਦੇ ਨਾਲ ਲੱਗਦੇ ਹੋਰ ਦੇਸ਼ਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਤਬਾਹੀ ਵਾਲੇ ਮੰਜ਼ਰ ਨਜ਼ਰ ਆ ਰਹੇ ਨੇ। ਹਾਲਾਤ ਇਸ ਕਦਰ ਮਾੜੇ ਹੋ ਚੁੱਕੇ ਨੇ ਤੂਫਾਨ ਅਤੇ ਬਰਸਾਤ ਦੇ ਨਾਲ। 75 ਸਾਲਾਂ ਬਾਅਦ ਇੱਥੇ ਮੀਂਹ ਪਿਆ ਹੈ ਅਤੇ ਇਸ ਕਦਰ ਪਿਆ ਹੈ ਕਿ ਸਾਰਾ ਕੁਝ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ। ਲੋਕ ਬੜੇ ਮੁਸ਼ਕਿਲ ਦੇ ਨਾਲ ਇੱਥੇ ਗੁਜ਼ਾਰਾ ਕਰ ਰਹੇ ਨੇ ਕਿਉਂਕਿ ਲਗਾਤਾਰ 2 ਦਿਨ ਤੋਂ ਇੱਥੇ ਭਾਰੀ ਮੀਂਹ ਪੈ ਰਿਹਾ ਹੈ। ਤੂਫਾਨ ਹੈ ਜਿਸ ਕਰਕੇ ਹੜ੍ਹ ਆ ਚੁੱਕੇ ਨੇ। ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਗਿਆ। ਸ਼ਹਿਰ ਦੇ ਮਾਲ ਹੋਣ, ਹਵਾਈ ਅੱਡੇ ਹੋਣ, ਬੱਸ ਅੱਡੇ ਹੋਣ ਜਾਂ ਫਿਰ ਏਅਰਪੋਰਟ ਹੋਵੇ, ਹਰ ਜਗ੍ਹਾ 'ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਫਿਲਹਾਲ ਇੱਥੋਂ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਨੇ। ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ ਅਤੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਵੀ ਕੀਤੀ ਗਈ ਹੈ।